गुड मॉर्निंग, नमस्कार, आदाब, सत श्री अकाल। मेरा नाम है किरण ते तुसी देख रहे हो हॉट न्यूज इंडिया टीवी। बहुत बहुत स्वागत है तुहाडा साडे शो दे विच, जिसका नाम है जस्ट फैक्ट्स। दोस्तों, जिवें कि तुसी जानदे हो कि असी तुहाडी सब दी डिमांड ते अपना एक नवा शो शुरू किया है, जिसका मकसद सिर्फ ते सिर्फ तुहाडी एंटरटेनमेंट है। इस शो विच असी तुहानू बॉलीवुड ते पॉलीवुड दियां फेमस पर्सनालिटीज दे जीवन नाल जुड़े कुछ बहुत ही इंटरेस्टिंग फैक्ट्स बारे जानकारी दिया करांगे। सानू उम्मीद है कि तुसी साडे इस शो नू अपना ढेर सारा प्यार दियोगे। आओ शुरू करदे हां अज दा एपिसोड। दोस्तों, अज असी जिस कलाकार बारे गल करन जा रहे हां, ओ पंजाबी सिंगर भी ने, बॉलीवुड एक्टर भी ने, ते बॉलीवुड दे नाल नाल ਉਹ ਬਾਲੀਵੁੱਡ ਵਿੱਚ ਵੀ ਆਪਣਾ ਜਲਵਾ ਦਿਖਾ ਚੁੱਕੇ ਨੇ। ਉਹਨਾਂ ਦੇ ਫੈਨਸ ਪਿਆਰ ਨਾਲ ਉਹਨਾਂ ਨੂੰ ਅਰਬਨ ਪੇਂਡੂ ਯਾਨੀ ਕਿ ਸ਼ਹਿਰੀ ਤੇ ਪੇਂਡੂ ਦਾ ਕੰਬੀਨੇਸ਼ਨ ਕਹਿੰਦੇ ਨੇ। ਉਹਨਾਂ ਨੂੰ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ। ਬਾਲੀਵੁੱਡ ਹੋਵੇ ਜਾਂ ਬਾਲੀਵੁੱਡ, ਉਹਨਾਂ ਦੀ ਪਹਿਚਾਣ ਉਹਨਾਂ ਦੀ ਪਗੜੀ ਦੇ ਨਾਲ ਹੀ ਹੈ। ਮੇਰੇ ਖਿਆਲ ਵਿੱਚ ਹੁਣ ਹੋਰ ਕੋਈ ਹਿੰਟ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਸਾਰੇ ਸਮਝ ਹੀ ਗਏ ਹੋ ਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦਿਲਜੀਤ ਦੋਸਾਂਝ ਬਾਰੇ। ਆਓ ਜਾਣਦੇ ਹਾਂ ਦਿਲਜੀਤ ਬਾਰੇ ਕੁਝ ਅਜਿਹੇ ਇੰਟਰਸਟਿੰਗ ਫੈਕਟਸ ਜਿਹੜੇ ਕਿ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਸੁਣੇ ਹੋਣਗੇ। ਲੈਟਸ ਸਟਾਰਟ। ਫੈਕਟ ਨੰਬਰ 1, ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਪੰਜਾਬ ਦੇ ਪਿੰਡ ਦੋਸਾਂਝ ਕਲਾਂ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਬਲਬੀਰ ਸਿੰਘ ਤੇ ਮਾਤਾ ਦਾ ਨਾਮ ਸੁਖਵਿੰਦਰ ਕੌਰ ਸੀ। ਉਹਨਾਂ ਦੇ ਪਿਤਾ ਪੰਜਾਬ ਰੋਡਵੇਜ਼ ਵਿੱਚ ਕੰਮ ਕਰਦੇ ਸਨ ਤੇ ਉਹਨਾਂ ਦੇ ਮਾਤਾ ਜੀ ਇੱਕ ਘਰੇਲੂ ਗ੍ਰਹਿਣੀ ਸਨ। ਫੈਕਟ ਨੰਬਰ 2, ਦਿਲਜੀਤ ਦਾ ਅਸਲੀ ਨਾਮ ਦਿਲਜੀਤ ਨਹੀਂ ਬਲਕਿ ਦਲਜੀਤ ਸਿੰਘ ਹੈ। ਜਦੋਂ ਦਿਲਜੀਤ ਥੋੜੇ ਜਿਹੇ ਪਾਪੂਲਰ ਹੋਣ ਲੱਗੇ ਤਾਂ ਉਹਨਾਂ ਨੇ ਆਪਣਾ ਨਾਮ ਬਦਲ ਕੇ ਦਲਜੀਤ ਤੋਂ ਦਿਲਜੀਤ ਕਰ ਲਿਆ ਤੇ ਉਹਨਾਂ ਨੇ ਆਪਣੇ ਨਾਮ ਦੇ ਅੱਗੇ ਆਪਣੇ ਪਿੰਡ ਦੋਸਾਂਝ ਦਾ ਨਾਮ ਲਾ ਲਿਆ ਤੇ ਇਸ ਤਰ੍ਹਾਂ ਉਹ ਬਣ ਗਏ ਦਿਲਜੀਤ ਦੋਸਾਂਝ। ਫੈਕਟ ਨੰਬਰ 3, ਦਿਲਜੀਤ ਦੋਸਾਂਝ ਨੇ ਗਾਉਣ ਦੀ ਸ਼ੁਰੂਆਤ ਆਪਣੇ ਪਿੰਡ ਦੇ ਗੁਰਦੁਆਰੇ ਤੋਂ ਕੀਤੀ ਸੀ। ਪਰਿਵਾਰ ਦੀ ਆਰਥਿਕ ਹਾਲਤ ਖਰਾਬ ਹੋਣ ਕਰਕੇ ਉਹ ਗੁਰਦੁਆਰੇ ਵਿੱਚ ਕੀਰਤਨ ਕਰਕੇ ਗੁਜ਼ਾਰਾ ਕਰਦੇ ਸੀ ਤੇ ਉੱਥੇ ਹੀ ਉਹਨਾਂ ਦੇ ਅੰਦਰ ਗਾਉਣ ਦਾ ਸ਼ੌਂਕ ਜਾਗ ਗਿਆ। ਬਾਅਦ ਵਿੱਚ ਉਹਨਾਂ ਨੇ ਕੀਰਤਨ ਤੋਂ ਇਲਾਵਾ ਵਿਆਹ ਸ਼ਾਦੀਆਂ ਵਿੱਚ ਤੇ ਫਿਰ ਫਿਲਮਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਫੈਕਟ ਨੰਬਰ 4, ਦਿਲਜੀਤ ਦੋਸਾਂਝ ਉਹ ਪਹਿਲੇ ਸਰਦਾਰ ਨੇ ਜਿਨ੍ਹਾਂ ਨੇ ਆਪਣੀ ਪਹਿਚਾਣ ਛੱਡੇ ਬਿਨਾਂ ਬਾਲੀਵੁੱਡ ਵਿੱਚ ਕੰਮ ਕੀਤਾ ਹੈ। ਲੋਕ ਉਹਨਾਂ ਨੂੰ ਕਹਿੰਦੇ ਸਨ ਕਿ ਉਹ ਪਗੜੀ ਬੰਨਦੇ ਨੇ, ਇਸ ਲਈ ਉਹਨਾਂ ਨੂੰ ਬਾਲੀਵੁੱਡ ਵਿੱਚ ਕੋਈ ਰੋਲ ਨਹੀਂ ਮਿਲੇਗਾ। ਦਿਲਜੀਤ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਕੋਈ ਰੋਲ ਮਿਲੇ ਜਾਂ ਨਾ ਮਿਲੇ, ਪਰ ਉਹ ਪਗੜੀ ਬੰਨਣੀ ਨਹੀਂ ਛੱਡਣਗੇ। ਫੈਕਟ ਨੰਬਰ 5, ਦਿਲਜੀਤ ਦੇ ਬਾਰੇ ਇਹ ਖਬਰ ਫੈਲੀ ਸੀ ਕਿ ਉਹ ਮੈਰਿਡ ਨੇ ਤੇ ਉਹਨਾਂ ਦਾ ਇੱਕ ਬੇਟਾ ਵੀ ਹੈ, ਪਰ ਦਿਲਜੀਤ ਨੇ ਇਸ ਬਾਰੇ ਵਿੱਚ ਕਦੇ ਵੀ ਕੋਈ ਗੱਲ ਨਹੀਂ ਕੀਤੀ। ਉਹ ਆਪਣੀ ਪਰਸਨਲ ਲਾਈਫ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ। ਦਿਲਜੀਤ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਕੰਮ ਦਾ ਕੋਈ ਅਸਰ ਉਹਨਾਂ ਦੇ ਪਰਿਵਾਰ ਤੇ ਪਵੇ, ਇਸ ਲਈ ਉਹ ਆਪਣੇ ਪਰਿਵਾਰ ਨੂੰ ਮੀਡੀਆ ਤੋਂ ਦੂਰ ਹੀ ਰੱਖਦੇ ਨੇ। ਫੈਕਟ ਨੰਬਰ 6, ਐਜ਼ ਅ ਸਿੰਗਰ ਦਿਲਜੀਤ ਦਾ ਪਹਿਲਾ ਐਲਬਮ ਇਸ਼ਕ ਦਾ ਊੜਾ ਐੜਾ 2004 ਵਿੱਚ ਆਇਆ ਸੀ, ਜੋ ਕਿ ਫਲੋਪ ਰਿਹਾ ਤੇ 2011 ਵਿੱਚ ਉਹਨਾਂ ਨੇ ਦ ਲਾਇਨ ਆਫ ਪੰਜਾਬ ਫਿਲਮ ਨਾਲ ਬਾਲੀਵੁੱਡ ਵਿੱਚ ਐਂਟਰੀ ਮਾਰੀ ਸੀ, ਪਰ ਫਿਲਮ ਵੀ ਫਲੋਪ ਰਹੀ। ਪਰ ਉਹਨਾਂ ਦਾ ਇੱਕ ਗਾਣਾ ਲੱਕ 28 ਕੁੜੀ ਦਾ 47 ਵੇਟ ਕੁੜੀ ਦਾ ਸੁਪਰ ਡੁਪਰ ਹਿੱਟ ਰਿਹਾ ਤੇ ਪਹਿਲੀ ਵਾਰ ਬੀਬੀਸੀ ਦੇ ਏਸ਼ੀਅਨ ਡਾਊਨਲੋਡ ਚਾਰਟ ਵਿੱਚ ਇੱਕ ਨੌਨ ਬਾਲੀਵੁੱਡ ਸਿੰਗਰ ਦਾ ਗਾਣਾ ਟੌਪ ਤੇ ਪਹੁੰਚਿਆ, ਜੋ ਕਿ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ। 2016 ਵਿੱਚ ਉਹਨਾਂ ਨੇ ਫਿਲਮ ਉੜਤਾ ਪੰਜਾਬ ਨਾਲ ਬਾਲੀਵੁੱਡ ਵਿੱਚ ਐਂਟਰੀ ਮਾਰੀ। ਇਸ ਤੋਂ ਬਾਅਦ ਉਹਨਾਂ ਨੇ ਫਿਲੌਰੀ, ਸੂਰਮੇ, ਅਰਜਨ ਪਟਿਆਲਾ, ਗੁੱਡ ਨਿਊਜ਼, ਸੂਰਜ ਪੇ ਮੰਗਲ ਭਾਰੀ ਤੇ ਹੋਰ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਫੈਕਟ ਨੰਬਰ 7, ਦਿਲਜੀਤ ਦੋਸਾਂਝ ਦੀ ਫੈਨ ਫੋਲੋਇੰਗ ਸਿਰਫ ਇੰਡੀਆ ਵਿੱਚ ਹੀ ਨਹੀਂ ਬਲਕਿ ਫੋਰਨ ਕੰਟਰੀਜ਼ ਵਿੱਚ ਵੀ ਬਹੁਤ ਹੈ। 2009 ਵਿੱਚ ਦਿਲਜੀਤ ਨੇ ਰੈਪਰ ਹਨੀ ਸਿੰਘ ਦੇ ਨਾਲ ਗੋਲੀਆਂ ਸੌਂਗ ਆਇਆ ਸੀ, ਜਿਸ ਨੇ ਉਹਨਾਂ ਨੂੰ ਵਰਲਡ ਫੇਮਸ ਕਰ ਦਿੱਤਾ ਸੀ। ਦਿਲਜੀਤ ਨੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ ਬਲਕਿ ਪੂਰੇ 7 ਬ੍ਰਿਟੇਸ਼ੀਆ ਟੀਵੀ ਵਰਲਡ ਮਿਊਜ਼ਿਕ ਅਵਾਰਡ ਜਿੱਤੇ ਨੇ। ਫੈਕਟ ਨੰਬਰ 8, ਦਿਲਜੀਤ ਬਹੁਤ ਹੀ ਸਟਾਈਲਿਸ਼ ਨੇ ਤੇ ਉਹਨਾਂ ਦੇ ਫੈਨਸ ਉਹਨਾਂ ਦੇ ਸਟਾਈਲ ਨੂੰ ਕਾਪੀ ਕਰਦੇ ਨੇ। ਦਿਲਜੀਤ ਨੂੰ ਡਿਜ਼ਾਈਨਰ ਕੱਪੜਿਆਂ ਤੇ ਸ਼ੂਜ਼ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਉਹ ਇੰਡੀਅਨ ਡਿਜ਼ਾਈਨਰਸ ਦੇ ਡਿਜ਼ਾਈਨ ਕੀਤੇ ਹੋਏ ਕੱਪੜੇ ਨਹੀਂ ਪਾਉਂਦੇ ਬਲਕਿ ਇੰਟਰਨੈਸ਼ਨਲ ਬ੍ਰਾਂਡਸ ਦੇ ਕੱਪੜੇ ਹੀ ਪਾਉਂਦੇ ਨੇ। ਉਹ ਸ਼ੂਜ਼ ਵੀ ਇੰਟਰਨੈਸ਼ਨਲ ਬ੍ਰਾਂਡਸ ਦੇ ਹੀ ਪਾਉਂਦੇ ਨੇ। ਫੈਕਟ ਨੰਬਰ 9,
दिलजीत दे फेवरेट सिंगर किशोर कुमार ते गुरदास मान जी ने दिलजीत नू इना दे सॉन्ग्स इन्ने ज्यादा पसंद ने कि दिलजीत जदो भी कार विच ट्रैवल कर रहे हुंदे ने तां किशोर कुमार जां गुरदास मान जी दे सॉन्ग ही सुनदे ने। फैक्ट नंबर 10, दिलजीत एक वधिया कलाकार होण दे नाल नाल एक नेक दिल इंसान भी ने। ਉਹ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਬਹੁਤ ਅੱਗੇ ਨੇ। 2013 ਵਿੱਚ ਦਿਲਜੀਤ ਨੇ ਸਾਂਝ ਫਾਊਂਡੇਸ਼ਨ ਨਾਮ ਦਾ ਇੱਕ ਐਨਜੀਓ ਸ਼ੁਰੂ ਕੀਤਾ ਸੀ ਜਿਸ ਦਾ ਮਕਸਦ ਅਨਾਥ ਤੇ ਬਜ਼ੁਰਗ ਲੋਕਾਂ ਦੀ ਮਦਦ ਕਰਨਾ ਹੈ। ਦੋਸਤੋ ਇਹ ਸੀ ਸਾਡਾ ਅੱਜ ਦਾ ਐਪੀਸੋਡ। ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਹੌਟ ਨਿਊਜ਼ ਇੰਡੀਆ ਟੀਵੀ ਨੂੰ ਲਾਈਕ ਕਰ ਦਿਓ ਤੇ ਸਾਡੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਕੋਲ ਟਾਈਮ ਤੇ ਪਹੁੰਚਦੀਆਂ ਰਹਿਣ। ਤੇ ਦੋਸਤੋ ਕਮੈਂਟਸ ਵਿੱਚ ਇਹ ਜ਼ਰੂਰ ਦੱਸਣਾ ਕਿ ਮੈਂ ਤੁਹਾਡੇ ਲਈ ਆਉਣ ਵਾਲੇ ਐਪੀਸੋਡਸ ਵਿੱਚ ਹੋਰ ਕਿਸ ਫੇਮਸ ਪਰਸਨੈਲਿਟੀ ਬਾਰੇ ਜਾਣਕਾਰੀ ਲੈ ਕੇ ਆਵਾਂ। ਮੈਨੂੰ ਤੁਹਾਡੇ ਕਮੈਂਟਸ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਅਗਲੇ ਐਪੀਸੋਡ ਵਿੱਚ ਫੇਰ ਮਿਲਾਂਗੇ। ਤਦ ਤੱਕ ਲਈ ਤੁਸੀਂ ਰੱਖੋ ਆਪਣਾ ਢੇਰ ਸਾਰਾ ਖਿਆਲ, ਹੱਸਦੇ ਰਹੋ ਵਸਦੇ ਰਹੋ, ਰੱਬ ਰੱਖਾ।